ਹੈਲੋ ਜੀ, ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਾਲੇ ਛੋਲਿਆਂ ਦੀ ਰੈਸਪੀ। ਇਹ ਜਿਹੜੇ ਛੋਲੇ ਅਸੀਂ ਇੱਕ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ। ਜਦੋਂ ਤੁਸੀਂ ਮੇਰੇ ਇਸ ਤਰੀਕੇ ਨਾਲ ਬਣਾਓਗੇ, ਛੋਲੇ ਸੱਚਮੁੱਚ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ। ਅਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ। ਸਵੇਰੇ ਪਹਿਲਾਂ ਮੈਂ ਜਿਹੜੇ ਛੋਲੇ ਸੀਗੇ 2 ਘੰਟੇ ਪਹਿਲਾਂ ਭਿੱਜਣੇ ਪਾ ਕੇ ਰੱਖ ਦਿੱਤੇ ਸੀਗੇ। ਇਹ ਜਿਹੜੇ ਛੋਲੇ ਆ ਸਾਡੇ ਚੰਗੀ ਤਰ੍ਹਾਂ ਭਿੱਜ ਚੁੱਕੇ ਨੇ। ਇਹਨੂੰ ਮੈਂ ਕੋਸੇ ਪਾਣੀ ਵਿੱਚ ਭਿੱਜਣੇ ਪਾਇਆ ਸੀ ਤਾਂ ਜੋ ਜਿਹੜੇ ਛੋਲੇ ਜਲਦੀ ਭਿੱਜ ਜਾਣ। ਛੋਲੇ ਜਿਹੜੇ ਸਾਡੇ ਭਿੱਜ ਕੇ ਤਿਆਰ ਹੈ ਅਤੇ ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਕੱਦੂਕਸ ਕੀਤੇ ਹੋਏ 3 ਪਿਆਜ਼। ਇਹਦੇ ਵਿੱਚ ਆਪਾਂ 3 ਕੱਦੂਕਸ ਕੀਤੇ ਹੋਏ ਪਿਆਜ਼ ਪਾ ਦਿੱਤੇ ਹੈ। ਨਾਲ ਅਸੀਂ ਪਾਵਾਂਗੇ 1 ਚਮਚ ਭਰ ਕੇ ਕ੍ਰਸ਼ ਕੀਤੀਆਂ ਹੋਈਆਂ ਹਰੀਆਂ ਮਿਰਚਾਂ ਦਾ। 2 ਚਮਚ ਭਰ ਕੇ ਅਸੀਂ ਪਾ ਦੇਵਾਂਗੇ ਲਸਣ ਕ੍ਰਸ਼ ਕੀਤਾ ਹੋਇਆ, ਕਿਉਂਕਿ ਜਿਹੜੇ ਕਾਲੇ ਛੋਲੇ ਹੁੰਦੇ ਆ ਇਹਦੇ ਵਿੱਚ ਲਸਣ ਅਤੇ ਅਦਰਕ ਥੋੜ੍ਹਾ ਜਿਹਾ ਤੇਜ਼ ਹੋਵੇ ਤਾਂ ਜਿਹੜੇ ਛੋਲੇ ਆ ਫਿਰ ਹੀ ਸਵਾਦ ਲੱਗਦੇ ਨੇ। ਅਤੇ ਇਹਦੇ ਵਿੱਚ ਲਸਣ ਪਾਉਣ ਤੋਂ ਬਾਅਦ ਅਸੀਂ 1 ਚਮਚ ਪਾ ਦੇਵਾਂਗੇ ਨਮਕ ਦਾ। ਇਹਦੇ ਵਿੱਚ ਅਸੀਂ 1 ਗੜਵੀ ਭਰ ਕੇ ਪਾਣੀ ਦੀ ਹੋਰ ਪਾ ਦਿੰਦੇ ਹਾਂ, ਮੀਨਸ ਆਪਾਂ 1 ਲੀਟਰ ਦੇ ਕਰੀਬ ਪਾਣੀ ਹੋਰ ਪਾ ਦਿੱਤਾ ਹੈ। ਨਾਲ ਅਸੀਂ 1 ਚਮਚ ਭਰ ਕੇ ਨਮਕ ਦਾ ਪਾਉਣ ਤੋਂ ਬਾਅਦ ਕੁੱਕਰ ਨੂੰ ਕਰ ਦੇਵਾਂਗੇ ਬੰਦ। ਜਿਹੜੇ ਛੋਲੇ ਆ ਅਸੀਂ ਇਹਨਾਂ ਨੂੰ 1/2 ਘੰਟੇ ਤੱਕ ਪਕਾਵਾਂਗੇ, ਕਿਉਂਕਿ ਅਸੀਂ ਪਹਿਲਾਂ ਭਿੱਜਣੇ ਪਾ ਕੇ ਰੱਖੇ ਹੋਏ ਸੀਗੇ, ਇਹ ਚੰਗੀ ਤਰ੍ਹਾਂ ਭਿੱਜ ਗਏ ਸੀ। ਅਤੇ 1/2 ਘੰਟੇ 'ਚ ਜਿਹੜੇ ਛੋਲੇ ਆ ਬਹੁਤ ਵਧੀਆ ਤਰੀਕੇ ਨਾਲ ਪੱਕ ਜਾਂਦੇ ਨੇ। ਗੈਸ ਨੂੰ ਔਨ ਕਰ ਦੇਵਾਂਗੇ, 1/2 ਘੰਟੇ ਬਾਅਦ ਅਸੀਂ ਜਿਹੜੀ ਗੈਸ ਹੈ ਉਹ ਬੰਦ ਕਰ ਦੇਵਾਂਗੇ। ਗੈਸ ਉੱਤੇ ਅਸੀਂ ਫਰਾਈ ਪੈਨ ਰੱਖ ਦਿੱਤਾ ਹੈ, ਹੁਣ ਅਸੀਂ ਤੜਕੇ ਦੀ ਤਿਆਰੀ ਕਰਾਂਗੇ। ਛੋਲੇ ਅਸੀਂ ਜਿਹੜੇ ਆ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਤੜਕਾ ਲਗਾਵਾਂਗੇ। ਦੇਸੀ ਘਿਓ ਦੇ ਵਿੱਚ ਜਿਹੜੇ ਛੋਲੇ ਆ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ। ਅਤੇ ਜਦੋਂ ਵੀ ਤੁਸੀਂ ਮੇਰੇ ਇਸ ਤਰੀਕੇ ਨਾਲ ਛੋਲੇ ਬਣਾਓਗੇ, ਇੱਕ ਜਿਹੜਾ ਟਾਈਮ ਹੈ ਬਹੁਤ ਘੱਟ ਲੱਗੇਗਾ, ਕਿਉਂਕਿ ਜਿਹੜੇ ਛੋਲੇ ਹੈਗੇ ਆ ਅਸੀਂ ਪਿਆਜ਼ ਤਾਂ ਪਹਿਲਾਂ ਹੀ ਉਹਦੇ ਵਿੱਚ ਪਾ ਦਿੱਤੇ ਸੀਗੇ। ਜਦੋਂ ਪਿਆਜ਼ ਅਸੀਂ ਵਿੱਚ ਪਾ ਕੇ ਬਣਾਈਏ ਨਾ, ਜਦੋਂ ਮਤਲਬ ਆਪਾਂ ਉਬਾਲਣ ਦੇ ਲਈ ਰੱਖੀਏ ਵਿੱਚ ਪਿਆਜ਼ ਪਾ ਦਈਏ ਤਾਂ ਜਿਹੜੇ ਛੋਲੇ ਆ ਬਹੁਤ ਸਵਾਦ ਬਣਦੇ ਨੇ। ਥੋੜ੍ਹੀ ਜਿਹੀ ਆਪਾਂ ਇੱਧਰ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਸਟਾਰਟਿੰਗ 'ਚ, ਟਮਾਟਰ ਅਤੇ ਅਦਰਕ ਅਸੀਂ ਇੱਧਰ ਪਾਵਾਂਗੇ ਫਰਾਈ ਪੈਨ ਦੇ ਵਿੱਚ, ਠੀਕ ਹੈ। ਟਮਾਟਰ ਅਦਰਕ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। 2 ਵੱਡੇ ਸਾਈਜ਼ ਦੇ ਟਮਾਟਰ ਲਏ ਆ, ਥੋੜ੍ਹਾ ਜਿਹਾ ਅਸੀਂ ਅਦਰਕ ਲਿਆ ਹੈ। ਟਮਾਟਰ ਜਦੋਂ ਥੋੜ੍ਹੇ ਜਿਹੇ ਭੁੱਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਹਲਦੀ ਪਾਵਾਂਗੇ 1 ਚਮਚ, ਅਤੇ ਨਾਲ ਅਸੀਂ ਪਾ ਦੇਵਾਂਗੇ ਲੂਣ। ਲੂਣ ਆਪਾਂ ਥੋੜ੍ਹਾ ਜਿਹਾ ਹੋਰ ਪਾਵਾਂਗੇ, ਕਿਉਂਕਿ ਅਸੀਂ 1 ਚਮਚ ਹੀ ਪਾਇਆ ਸੀਗਾ ਉਹਦੇ ਛੋਲਿਆਂ ਦੇ ਵਿੱਚ। 1 ਚਮਚ ਹਲਦੀ ਦਾ ਪਾ ਦਿੱਤਾ ਹੈ, ਅਤੇ ਨਾਲ ਆਪਾਂ ਥੋੜ੍ਹਾ ਜਿਹਾ ਲੂਣ ਹੋਰ ਪਾ ਦੇਵਾਂਗੇ, 1/2 ਚਮਚ ਦੇ ਕਰੀਬ ਅਸੀਂ ਲੂਣ ਪਾ ਦੇਵਾਂਗੇ। ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਜਦੋਂ ਆਪਾਂ ਜੇ ਪਿਆਜ਼ਾਂ ਨੂੰ ਭੁੰਨਣਾ ਹੋਵੇ ਤਾਂ ਪਿਆਜ਼ ਜਿਹੜੇ ਬਹੁਤ ਟਾਈਮ ਲੈਂਦੇ ਨੇ, ਜਿਹੜੇ ਟਮਾਟਰ ਹੈ ਘੱਟ ਟਾਈਮ ਲੈਂਦੇ ਨੇ, ਛੇਤੀ ਭੁੱਜ ਹੋ ਜਾਂਦੇ ਨੇ। ਨਾਲੇ ਜਦੋਂ ਜਿਹੜਾ ਕੱਚਾ ਪਿਆਜ਼ ਨਾ, ਅਸੀਂ ਕੱਚਾ ਪਿਆਜ਼ ਜਿੱਦਾਂ ਛੋਲੇ ਜਾਂ ਰਾਜਮਾਂਹ ਆਪਾਂ ਇੱਦਾਂ ਬਣਾਈਏ ਜਾਂ ਦਾਲ ਬਣਾਈਏ, ਉਹਦੇ ਵਿੱਚ ਪਾਈਏ ਤਾਂ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਕੱਚੇ ਪਿਆਜ਼ ਦਾ ਜਿਹੜਾ ਰਸ ਹੁੰਦਾ ਨਾ, ਉਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਅਤੇ ਗਰਮ ਮਸਾਲਾ ਅਸੀਂ ਐਂਡ 'ਚ ਪਾਵਾਂਗੇ, ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਅਤੇ ਹੁਣ ਆਪਾਂ ਥੋੜ੍ਹੇ ਜਿਹੇ ਉਬਲੇ ਹੋਏ ਛੋਲੇ ਉਧਰੋਂ ਦੀ ਲਵਾਂਗੇ, ਫਰਾਈ ਪੈਨ ਦੇ ਵਿੱਚ ਪਾ ਕੇ ਥੋੜ੍ਹੇ ਜਿਹੇ ਆਪਾਂ ਕੜਛੀ ਦੇ ਨਾਲ ਫੇਰ ਲਵਾਂਗੇ, ਮੈਸ਼ ਕਰ ਲਵਾਂਗੇ। ਇਹਦੇ ਨਾਲ ਇਹ ਹੁੰਦਾ ਕਿ ਜਿਹੜੀ ਸਾਡੀ ਤਰੀ ਹੈ ਛੋਲਿਆਂ ਦੀ, ਇਹ ਥੋੜ੍ਹੀ ਸੰਘਣੀ ਜਿਹੀ ਹੋ ਜਾਏਗੀ। ਜੇ ਤੁਸੀਂ ਥੋੜ੍ਹੇ ਜਿਹੇ ਛੋਲੇ ਕੱਢ ਕੇ ਇਹਨਾਂ ਨੂੰ ਵੱਖਰਾ ਮੈਸ਼ ਕਰਨਾ ਚਾਹੁੰਦੇ ਹੋ, ਤੁਸੀਂ ਵੱਖਰਾ ਵੀ ਮੈਸ਼ ਕਰ ਸਕਦੇ ਹੋ ਆਲੂ ਵਾਲੇ ਮੈਸ਼ਰ ਦੇ ਨਾਲ, ਜਿੰਨਾ ਆਲੂ ਮੈਸ਼ ਕਰਦੇ ਹਾਂ। ਅਤੇ ਇੱਧਰ ਜਿਹੜੇ ਸਾਡਾ ਮਸਾਲਾ ਹੈਗਾ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ, ਹੁਣ ਅਸੀਂ ਮਸਾਲੇ ਨੂੰ ਪਾ ਦੇਵਾਂਗੇ ਕੁੱਕਰ ਦੇ ਵਿੱਚ। ਅਤੇ ਇਹਦੇ ਵਿੱਚ ਹੀ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਮ ਕਰਕੇ ਪਾਣੀ ਪਾਵਾਂਗੇ, ਹੁਣ ਅਸੀਂ ਕੁੱਕਰ ਦੇ ਵਿੱਚ ਠੰਡਾ ਪਾਣੀ ਨਹੀਂ ਪਾਵਾਂਗੇ। ਜਿਹੜੀ ਛੋਲਿਆਂ ਦੀ ਤਰੀ ਹੈਗੀ ਹੈ ਤੁਸੀਂ ਆਪਣੇ ਹਿਸਾਬ ਨਾਲ ਸੰਘਣੀ ਪਤਲੀ ਰੱਖ ਸਕਦੇ ਹੋ, ਜਿੱਦਾਂ ਦੀ ਤੁਹਾਨੂੰ ਪਸੰਦ ਹੈਗੀ ਆ। ਆਪਾਂ ਥੋੜ੍ਹੀ ਦੇਰ ਇਹਨੂੰ ਰਝਾਵਾਂਗੇ, ਇਹਨੂੰ ਬਿਨਾਂ ਢੱਕਣ ਦੇ ਹੀ ਆਪਾਂ ਇੱਦਾਂ ਹੀ ਰਝਾਵਾਂਗੇ, ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਜਦੋਂ ਅਸੀਂ ਬਿਨਾਂ ਢੱਕਣ ਦੇ ਰਝਾਉਂਦੇ ਹਾਂ। ਛੋਲਿਆਂ ਨੂੰ ਰਿਝਦਿਆਂ ਨੂੰ 15 ਮਿੰਟ ਹੋ ਚੁੱਕੇ ਆ, 15 ਮਿੰਟ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ। ਅਤੇ ਇਹਦੇ ਉੱਪਰ ਅਸੀਂ ਪਾ ਦੇਵਾਂਗੇ ਹਰਾ ਧਨੀਆ। ਜਦੋਂ ਵੀ ਤੁਸੀਂ ਛੋਲੇ ਬਣਾਉਣੇ ਹੋਣ, ਤੁਸੀਂ ਉਹਨੂੰ ਇਸ ਤਰੀਕੇ ਨਾਲ ਬਣਾਇਓ, ਗਰੰਟੀ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਇੱਕ ਵਾਰ ਤੁਸੀਂ ਬਣਾ ਕੇ ਦੇਖਿਓ, ਅਤੇ ਇਹਦੇ ਵਿੱਚ ਥੋੜ੍ਹਾ ਅਦਰਕ ਲਸਣ ਥੋੜ੍ਹਾ ਜਿਹਾ ਤੇਜ਼ ਪਾਇਓ ਆਮ ਸਬਜ਼ੀ ਨਾਲ, ਜਿਹੜੇ ਇਹ ਛੋਲੇ ਆ ਬਹੁਤ ਜ਼ਿਆਦਾ ਸਵਾਦ ਬਣਦੇ ਨੇ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ। ਮਿਲਦੇ ਹਾਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ।